ਕਾਂਗਰਸ ਹਾਈ ਕਮਾਂਡ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ਵਿੱਚ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ। ਇਸੇ ਤਹਿਤ ਪਿੰਡ ਰੋਡੇ ਵਿਖੇ ਵੀ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਲੱਡੂ ਵੰਡੇ ਗਏ ਅਤੇ ਕਾਂਗਰਸ ਹਾਈ ਕਮਾਂਡ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੀ ਵਾਂਗਡੋਰ ਸੌਂਪਣ ਤੇ ਇੱਕ ਦੂਜੇ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਲੋਕ ਚਿਰਾਂ ਤੋਂ ਹਾਈਕਮਾਂਡ ਤੋਂ ਮੰਗ ਕਰਦੇ ਆ ਰਹੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਪੰਜਾਬ ਦੀ ਵਾਂਗਡੋਰ ਸੌਂਪੀ ਜਾਵੇ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਪਾਰਟੀ ਦੀ ਸਰਪ੍ਰਸਤ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਸ਼੍ਰੀ ਰਾਹੁਲ ਗਾਂਧੀ ਵੱਲੋਂ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਹੋਇਆਂ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਖਬੀਰ ਬਾਦਲ ਦੀ ਵੰਗਾਰ ਨੂੰ ਕਬੂਲਦਿਆਂ ਬਠਿੰਡਾ ਵਿਖੇ 15 ਦਸੰਬਰ ਨੂੰ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿੱਥੇ ਲੋਕ ਆਪ ਮੁਹਾਰੇ ਪਹੁੰਚ ਰਹੇ ਨੇ। ਉਹਨਾਂ ਰੈਲੀ ਸੰਬੰਧੀ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਅਤੇ ਰੈਲੀ 'ਚ ਵੱਧ ਤੋਂ ਵੱਧ ਆਗੂਆਂ ਅਤੇ ਵਰਕਰਾਂ ਨੂੰ ਪਹੁੰਚਣ ਦੀ ਅਪੀਲ ਵੀ ਕੀਤੀ ਹੈ। ਸਾਬਕਾ ਮੁੱਖ ਮੰਤਰੀ ਸੀ, ਉਹਨਾਂ ਨੂੰ ਸ਼੍ਰੀਮਤੀ ਸੋਨੀਆ ਗਾਂਧੀ ਨੇ, ਸ਼੍ਰੀ ਰਾਹੁਲ ਗਾਂਧੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਨੇ ਪ੍ਰੈਜ਼ੀਡੈਂਟ ਬਣਾ ਦਿੱਤਾ। ਉਹਦੇ ਪ੍ਰੈਜ਼ੀਡੈਂਟ ਬਣਨ ਦੀ ਖੁਸ਼ੀ ਦੇ ਵਿੱਚ ਸਾਡੇ ਰੋਡਿਆਂ 'ਚ ਪੰਡਾਲਾਂ ਨੇ ਤਕੜੇ ਇਕੱਠੇ ਹੋ ਕੇ ਸਾਰਿਆਂ ਨੂੰ ਤਕੜੇ ਹੋ ਗਏ ਅਤੇ ਲੱਡੂ ਵੰਡੇ। ਇਸ ਗੱਲ ਖੁਸ਼ੀ ਜ਼ਾਹਰ ਕੀਤੀ ਗਈ ਹੈ ਕਿ ਬਹੁਤ ਚੰਗਾ ਕੀਤਾ ਤੁਸੀਂ, ਧੰਨਵਾਦ ਕੀਤਾ ਸੋਨੀਆ ਗਾਂਧੀ ਦਾ, ਰਾਹੁਲ ਗਾਂਧੀ ਦਾ, ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ, ਜਿਹਦੇ ਨਾਲ ਪੰਜਾਬ ਦੇ ਨੌਜਵਾਨੀ ਨੂੰ, ਪੰਜਾਬ ਦੇ ਹਿੰਦੂਆਂ ਨੂੰ, ਇੰਡਸਟਰੀਅਲਿਸਟਾਂ ਨੂੰ, ਪੰਜਾਬ ਦੇ ਖੇਤ ਮਜ਼ਦੂਰਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ। ਉਹਦੇ ਆਉਣਾ ਸਰਕਾਰ ਬਣੂਗੀ, ਮੁਲਾਜ਼ਮਾਂ ਨੂੰ ਨੌਕਰੀਆਂ ਮਿਲਣਗੀਆਂ, ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ, ਨਸ਼ਾ ਪੰਜਾਬ ਦੇ ਵਿੱਚ ਬੰਦ ਹੋ ਜੂਗਾ ਉਹਦੇ ਆਉਣਾ, ਅਤੇ ਅਸੀਂ ਸਾਡਾ ਪੰਜਾਬ, ਸਾਡੇ ਬੱਚੇ ਨਸ਼ੇ ਤੋਂ ਬਚ ਜਾਣਗੇ। ਅਕਾਲੀ ਕਹਿੰਦੇ ਸੀ ਵੀ ਤੁਹਾਡੇ, ਇਹਨਾਂ ਨੇ ਕਿਤੇ ਟੈਲ ਨਹੀਂ ਕੀਤਾ ਸੀ ਅਕਾਲੀਆਂ ਨੇ ਕੈਪਟਨ ਨੂੰ ਵੀ ਰੈਲੀ ਕਰਕੇ ਦਿਖਾਵੇ, ਅਤੇ ਕੈਪਟਨ ਉਹਦਾ ਰੈਲੀ ਕਰਦੇ, ਉਹਦਾ ਸਵੀਕਾਰ ਕਰ ਲਿਆ ਉਹਨਾਂ ਦਾ, ਉਹਦੇ ਸੰਬੰਧ ਰੈਲੀ ਰੱਖ ਕੱਲ੍ਹ 15 ਤਰੀਕ ਦੀ ਉੱਥੇ ਰੱਖੀ ਰੈਲੀ, ਕਿੱਥੇ ਜਿੱਥੇ ਪਹਿਲਾਂ ਰੈਲੀ ਅਕਾਲੀਆਂ ਨੇ ਕੀਤੀ ਸੀ। ਹੁਣ ਤੁਹਾਨੂੰ ਪੱਤਰਕਾਰ ਨੂੰ ਲੱਗ ਜੂ ਪਤਾ ਕਿੰਨਾ ਘੱਟ ਉਹਨਾਂ ਨੇ ਕਿਵੇਂ ਬੰਦੇ ਖਿਲਾਰ ਕਰ ਘੁਬਾਏ ਸੀ, ਉਹਨਾਂ ਨੇ 20,000-22,000 ਬੰਦਾ ਸਾਰਾ ਸੀਗਾ, ਅਤੇ ਲੱਖਾਂ ਦਾ ਘੱਟ ਕਹਿੰਦੇ ਸੀਗੇ, ਕਿਉਂਕਿ ਬੋਲਣ ਤਕੜਾ ਬੋਲਣ ਉਹ, ਅਤੇ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ, ਸਾਡੀ ਰੈਲੀ ਦੇ ਵਿੱਚ, ਕਾਂਗਰਸ ਪਾਰਟੀ ਰੈਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸੁਣਨ ਦੀ ਖਾਤਰ ਲੋਕਾਂ ਨੇ ਜਾਣਾ, ਪੰਜਾਬ ਦੇ ਲੋਕਾਂ ਨੇ ਵਹੀਰਾਂ ਘੱਤ ਕੇ ਜਾਣਾ, ਵਹੀਰਾਂ ਘੱਤ ਕੇ ਆਪਦੀਆਂ ਗੱਡੀਆਂ 'ਤੇ ਜਾਣਾ, ਇਹਨਾਂ ਕੋਲ ਤਾਂ ਗੱਡੀਆਂ ਨਾ ਸਰਕਾਰੀ, ਇਹਦਾ ਬੰਦੇ ਸਰਕਾਰੀ ਲੈ ਕੇ ਬੰਦੇ ਮੁਲਾਜ਼ਮ ਭਾਏ ਸੀ, 7,000 ਪੁਲਿਸ ਵਾਲੇ ਭਾਏ, ਕੁਛ ਬੰਦੇ ਭਾਏ ਇਹਨਾਂ ਨੇ ਆਪਣੇ ਕੋਆਪਰੇਟ ਮਹਿਕਮੇ ਵਾਲੇ ਸਿਸਟਮ ਬੰਦੇ ਲਾ ਕੇ, ਨਰੇਗਾ ਵਾਲੇ ਬੰਦੇ ਲੱਦ ਕੇ ਲਗੇ ਧੱਕੇ ਨਾਲ, ਉਹ ਧੱਕਿਆਂ ਲੱਦ ਕੇ ਗਏ, ਉਹ ਇੱਥੇ ਨਾ ਅਸੀਂ ਧੱਕਾ ਲੱਦਣਾ, ਨਰੇਗਾ ਵੀ ਜਾਣਗੇ ਸਾਡੇ ਨਾਲ ਜਾਣਗੇ, ਖੁਸ਼ੀ ਖੁਸ਼ੀ ਜਾਣਗੇ ਛੁੱਟੀ ਕਰਕੇ, ਇਸ ਕਰਕੇ ਸਾਡੇ ਬੰਦੇ ਜਾਣਗੇ ਲੋਕ ਕੈਪਟਨ ਦੇ ਲੈਕਚਰ ਸੁਣਨ ਵਾਸਤੇ, ਕੈਪਟਨ ਨੂੰ ਪ੍ਰਧਾਨ ਬਣੇ ਦੀ ਖੁਸ਼ੀ ਦੇ ਵਿੱਚ ਜਾਣਗੇ। ਮੋਗਾ ਤੋਂ ਸਵਾਜੀਤ ਪੱਪੂ ਦੇ ਨਾਲ ਕੁਲਦੀਪ ਕੋਲੀਆ ਦੀ ਰਿਪੋਰਟ, ਪਹਿਰੇਦਾਰ TV।